ਅੱਜ ਅਸੀਂ ਅਰਸਤੂ ਦੇ ਅਨੁਕਰਨ ਸਿਧਾਂਤ ਬਾਰੇ ਵਿਚਾਰ ਚਰਚਾ ਕਰਾਂਗੇ। ਅਨੁਕਰਨ ਦਾ ਸ਼ਬਦਿਕ ਅਰਥ ਹੈ ਕਿਸੇ ਅਸਲੀ ਵਸਤੂ ਦੀ ਨਕਲ ਕਰਨਾ। ਉਦਾਹਰਣ ਦੇ ਤੌਰ 'ਤੇ ਜਿਵੇਂ ਇੱਕ ਚਿੱਤਰਕਾਰ ਪਹਾੜਾਂ ਦੇ ਕਿਸੇ ਦ੍ਰਿਸ਼ ਨੂੰ ਕਿਸੇ ਕਾਗਜ਼ ਉੱਤੇ ਚਿੱਤਰਦਾ ਹੈ, ਉਸਦਾ ਬਣਾਇਆ ਹੋਇਆ ਚਿੱਤਰ ਅਸਲ ਪਹਾੜਾਂ ਦੇ ਦ੍ਰਿਸ਼ ਦੀ ਸਿਰਫ ਨਕਲ ਹੁੰਦਾ ਹੈ, ਅਸਲ ਪਹਾੜ ਨਹੀਂ ਹੁੰਦਾ। ਉਸ ਚਿੱਤਰ ਵਿੱਚ ਅਸਲ ਪਹਾੜੀ ਦ੍ਰਿਸ਼ ਦੇ ਨਾਲ ਨਾਲ ਚਿੱਤਰਕਾਰ ਦੀ ਕਲਪਨਾ, ਕਲਾ ਦੀ ਨਿਪੁੰਨਤਾ ਅਤੇ ਪਹਾੜ ਨੂੰ ਦੇਖਣ ਦਾ ਢੰਗ, ਦ੍ਰਿਸ਼ਟੀਕੋਣ ਅਤੇ ਚਿੱਤਰ ਬਣਾਉਣ ਦੀ ਸਮੱਗਰੀ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਉਹ ਚਿੱਤਰ ਅਸਲੀ ਪਹਾੜ ਦਾ ਦ੍ਰਿਸ਼ ਹੁੰਦਾ ਹੋਇਆ ਵੀ ਅਸਲੀ ਨਹੀਂ ਹੁੰਦਾ। ਯੂਨਾਨ ਦੇ ਮਹਾਨ ਫਿਲਾਸਫਰ ਪਲੈਟੋ, ਜੋ ਅਰਸਤੂ ਦਾ ਗੁਰੂ ਸੀ, ਨੇ ਪਹਿਲੀ ਵਾਰੀ ਅਨੁਕਰਨ ਸਿਧਾਂਤ ਨੂੰ ਵਿਚਾਰ ਚਰਚਾ ਦਾ ਵਿਸ਼ਾ ਬਣਾਇਆ। ਪਲੈਟੋ ਦੇ ਅਨੁਸਾਰ ਕਲਾ ਕੋਰੀ ਨਕਲ ਹੈ, ਇਹ ਅਸਲੀਅਤ ਤੋਂ ਦੂਰ ਹੁੰਦੀ ਹੈ। ਕਲਾਕਾਰ ਆਪਣੀਆਂ ਗਿਆਨ ਇੰਦਰੀਆਂ ਦੇ ਪ੍ਰਭਾਵ ਸਦਕਾ ਕਲਾਕਿਰਤੀ ਤਿਆਰ ਕਰਦਾ ਹੈ, ਇਸ ਲਈ ਉਸਦੀ ਕਲਾ ਕਿਰਤੀ ਪੂਰਨ ਸੱਚ ਨਹੀਂ ਹੁੰਦੀ ਅਤੇ ਉਸ ਵਿੱਚ ਕੁਝ ਵੀ ਨਵਾਂ ਨਹੀਂ ਹੁੰਦਾ। ਅਨੁਕਰਨਕਰਤਾ ਨੂੰ ਵਸਤੂ ਬਾਰੇ ਪੂਰਨ ਜਾਣਕਾਰੀ ਨਹੀਂ ਹੁੰਦੀ, ਕਲਾਕਿਰਤੀ ਕੇਵਲ ਵਸਤੂ ਦੇ ਬਾਹਰੀ ਰੂਪ ਤੱਕ ਸੀਮਿਤ ਹੁੰਦੀ ਹੈ। ਪਲੈਟੋ ਅਨੁਕਰਨ ਨੂੰ ਤੀਜੇ ਦਰਜੇ ਦੀ ਵਸਤ ਮੰਨਦਾ ਹੈ ਅਤੇ ਅਨੁਕਰਨ ਨੂੰ ਇੱਕ ਖੇਡ ਕਹਿੰਦਾ ਹੈ। ਉਸਦੇ ਮੁਤਾਬਕ ਦੁਨੀਆ ਦੀ ਹਰੇਕ ਕਲਾ ਯਥਾਰਥ ਦੀ ਕਲਾਤਮਕ ਨਕਲ ਹੈ। ਪਲੈਟੋ ਦੇ ਵਿਦਿਆਰਥੀ ਅਰਸਤੂ ਨੇ ਅਨੁਕਰਨ ਵਿਸ਼ੇ ਨੂੰ ਹੋਰ ਵਿਸਤਾਰ ਦਿੱਤਾ। ਅਰਸਤੂ ਨੇ ਪਲੈਟੋ ਦੇ ਅਨੁਕਰਨ ਸੁਧਾਰ ਨੂੰ ਨਵੇਂ ਅਰਥ ਦਿੱਤੇ। ਉਸਨੇ ਅਨੁਕਰਨ ਨੂੰ ਖੂਬਸੂਰਤ ਕਲਾ ਮੰਨਿਆ। ਇਸ ਦਲੀਲ ਨੂੰ ਅਰਸਤੂ ਦਾ ਅਨੁਕਰਨ ਸਿਧਾਂਤ ਕਿਹਾ ਜਾਂਦਾ ਹੈ। ਅਰਸਤੂ ਦੇ ਮੁਤਾਬਕ ਕਵੀ ਵੀ ਚਿੱਤਰਕਾਰ ਵਾਂਗ ਅਨੁਕਰਨ ਕਰਤਾ ਹੁੰਦਾ ਹੈ। ਉਸਦੀ ਰਚਨਾ ਵਿੱਚ ਵੀ ਤਿੰਨ ਪੱਖ ਹੁੰਦੇ ਹਨ। ਸਥਿਤੀ ਕਿਹੋ ਜਿਹੀ ਹੈ, ਸਥਿਤੀ ਕਿਹੋ ਜਿਹੀ ਸਮਝ ਆ ਰਹੀ ਹੈ, ਸਥਿਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਅਰਸਤੂ ਨੇ ਦੁਖਾਂਤਿਕ ਰਚਨਾ ਦੇ 6 ਅੰਗ ਮੰਨੇ ਹਨ। ਨੰਬਰ 1 ਕਥਾਨਕ, ਨੰਬਰ 2 ਪਾਤਰ, ਨੰਬਰ 3 ਵਿਚਾਰ ਤੱਤ, ਨੰਬਰ 4 ਸ਼ਬਦ ਉਚਾਰਨ ਢੰਗ, ਨੰਬਰ 5 ਦ੍ਰਿਸ਼ ਚਿਤਰਨ, ਨੰਬਰ 6 ਗੀਤ। ਅਰਸਤੂ ਅਨੁਸਾਰ ਇਹ ਸਾਰੇ ਤੱਤ ਅਨੁਕਰਨ ਦੇ ਸਹਾਇਕ ਤੱਤ ਹਨ। ਇਸ ਵਿਚਾਰ ਦਾ ਸਿੱਧਾ ਸੰਬੰਧ ਨਾਟਕ ਦੇ ਨਾਲ ਹੈ, ਉਹ ਵੀ ਦੁਖਾਂਤ ਨਾਟਕ ਨਾਲ। ਅਰਸਤੂ ਦੇ ਕਥਨ ਮੁਤਾਬਕ ਅਨੁਕ੍ਰਿਤੀ ਵੀ ਆਨੰਦਦਾਇਕ ਹੁੰਦੀ ਹੈ, ਕਿਉਂਕਿ ਅਨੁਕਰਨ ਕਲਾਕ੍ਰਿਤੀ ਕਲਾਕਾਰ ਦੀ ਕਲਪਨਾ ਅਤੇ ਭੌਤਿਕ ਵਸਤੂ ਨੂੰ ਦੇਖਣ ਦੀ ਦ੍ਰਿਸ਼ਟੀ ਉੱਤੇ ਨਿਰਭਰ ਕਰਦੀ ਹੈ। ਕਈ ਵਾਰੀ ਕੋਈ ਵਸਤੂ ਵਾਸਤਵਿਕ ਵਿੱਚ ਇੰਨੀ ਖੂਬਸੂਰਤ ਨਹੀਂ ਹੁੰਦੀ ਜਿੰਨੀ ਕਲਾਕਾਰ ਦੁਆਰਾ ਬਣਾਈ ਹੋਈ ਕਲਾਕ੍ਰਿਤੀ ਵਿੱਚ। ਅਰਸਤੂ ਨੇ ਕਾਵਿਕ ਸੱਚ ਬਾਰੇ ਵਿਚਾਰ ਵਟਾਏ ਹਨ। ਉਸ ਮੁਤਾਬਕ ਸੱਚ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਸਰਵਵਿਆਪਕ ਸੱਚ ਹੈ, ਇਹ ਸੱਚ ਦੇਸ਼ ਕਾਲ ਤੋਂ ਮੁਕਤ ਹੁੰਦਾ ਹੈ ਅਤੇ ਇਹ ਕਦੇ ਨਹੀਂ ਬਦਲਦਾ। ਦੂਸਰਾ ਹੈ ਖਾਸ ਸੱਚ, ਜੋ ਵਾਪਰ ਚੁੱਕਿਆ ਹੈ ਉਹ ਖਾਸ ਅਤੇ ਸੀਮਤ ਹੈ ਅਤੇ ਇਹ ਕਿਸੇ ਖਾਸ ਦੇਸ਼ ਕਾਲ ਤੱਕ ਹੀ ਸੀਮਤ ਹੋਵੇਗਾ। ਅਸੀਂ ਇਸ ਨਤੀਜੇ 'ਤੇ ਪੁੱਛਦੇ ਹਾਂ ਕਿ ਕਲਾ ਨਕਲ ਨਹੀਂ ਹੈ, ਕਲਾ ਦਾ ਪੁਨਰ ਸਿਰਜਣ ਹੈ। ਕਿਸੇ ਸਾਹਿਤਕਾਰ ਦੀ ਰਚਨਾ ਯਥਾਰਥ ਦੇ ਨੇੜੇ ਹੁੰਦੀ ਹੋਈ ਵੀ ਮੌਲਿਕ ਹੁੰਦੀ ਹੈ। ਅਨੁਕਰਨ ਸਿਰਜਣਾਤਮਕ ਦਰਸ਼ਨ ਦੀ ਇੱਕ ਪ੍ਰਕਿਰਿਆ ਹੈ। ਅਰਸਤੂ ਨੇ ਆਪਣੇ ਗੁਰੂ ਪਲੈਟੋ ਦੇ ਸਿਧਾਂਤ ਨੂੰ ਖਾਰਜ ਕਰਕੇ ਅਨੁਕਰਨ ਦੇ ਅਰਥ, ਮਹੱਤਵ ਅਤੇ ਸਿਧਾਂਤ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਕਰਕੇ ਅਨੁਕਰਨ ਸਿਧਾਂਤ ਨੂੰ ਅਰਸਤੂ ਦਾ ਅਨੁਕਰਨ ਸਿਧਾਂਤ ਕਿਹਾ ਜਾਂਦਾ ਹੈ। ਇੰਨੀ ਜਾਣਕਾਰੀ ਹਾਸਲ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।